ਕਿਉਂਕਿ ਇਹ ਸਮਾਗਮ ਟੀਵੀ ਰਾਹੀਂ ਲੱਖਾਂ ਲੋਕ ਦੇਖਦੇ ਹੈ ਜਿਹੜਾ ਮਹਾਰਾਜ ਨੇ ਇਹ ਕਿਹਾ ਨਾ ਇਨ ਪੁੱਤਰਣ ਕੇ ਬਸ ਆਹ ਜ਼ਰੂਰ ਸੁਣਿਓ ਸਾਰੇ ਉਹ ਕਿਰਪਾ ਹੀ ਹੈ ਸਾਡੇ ਤੇ ਮੈਂ ਆਪਣੇ ਸਾਹਿਬਜ਼ਾਦੇ ਇਹਨਾਂ ਪੁੱਤਰਾਂ ਤੋਂ ਤੇ ਜੇ ਅਸੀਂ ਦਾੜੀ ਦੀ ਵਿਧ ਵੀ ਕੀਤੀ ਹੈ ਸ਼ਰਾਬ ਮਾਸ ਸਾਡੇ ਘਰ ਵਿੱਚ ਤੇ ਫਿਰ ਉਹ ਮਹਾਰਾਜ ਨੇ ਸਾਨੂੰ ਕਿੱਡਾ ਵੱਡਾ ਮਾਣ ਵੀ ਇਹਨਾਂ ਪੁੱਤਰਾਂ ਤੋਂ ਮੈਂ ਉਹਨਾਂ ਨੂੰ ਵਾਰ ਦਿੱਤਾ ਜਿਹੜੀ ਚੀਜ਼ ਤੋਂ ਕੋਈ ਚੀਜ਼ ਵਾਰੀ ਜਾਵੇ ਨਾ ਉਹ ਵੱਡੀ ਹੁੰਦੀ ਇਹ ਨੋਟ ਕਰਿਓ ਆ ਕਈ ਵਾਰੀ ਸਗਨ ਵੇਲੇ ਸਾਡੇ ਤੇ ਨਹੀਂ ਪਰ ਕਈ ਕਰਦੇ ਆ ਜੀ ਵਾਰ ਆ ਫਿਰ ਆ ਮੈਂ ਆਪਣੇ ਬੱਚੇ ਤੋਂ ਆ ਵਾਰ ਕੇ ਇਹਨੂੰ ਦਿੰਦੀ ਹਾਂ ਜਿਹੜੇ ਤੋਂ ਵਾਰਿਆ ਜਾ ਰਿਹਾ ਉਹ ਵੱਡਾ ਜਿਹੜੀ ਚੀਜ਼ ਵਾਰੀ ਜਾ ਰਹੀ ਉਹ ਛੋਟੀ ਮਹਾਰਾਜ ਨੇ ਸਾਹਿਬਜ਼ਾਦਿਆਂ ਨੂੰ ਛੋਟਾ ਕਿਹਾ ਵੀ ਤੁਹਾਨੂੰ ਵੱਡਾ ਕਿਹਾ ਵੀ ਇਹਨਾਂ ਪੁੱਤਰਾਂ ਤੋਂ ਮੈਂ ਉਹਨਾਂ ਨੂੰ ਵਾਰ ਦਿੱਤਾ ਚਾਰਾਂ ਤੇ ਜਿਹਨਾਂ ਤੋਂ ਕਿਹਾ ਵਾਰ ਦਿੱਤਾ ਤੇ ਅਸੀਂ ਜ਼ਰੂਰ ਝਾਤੀ ਮਾਰਨੀ ਪਿੰਡਾਂ ਸ਼ਹਿਰਾਂ ਵਿੱਚ ਪ੍ਰੋਗਰਾਮ ਜਾਂਦੇ ਨੇ ਕਿ ਵਾਕੇ ਜੇ ਮਹਾਰਾਜ ਨੇ ਕਿਹਾ ਇਨ ਪੁੱਤਰਣ ਕੇ ਤੇ ਕਿਤੇ ਮੇਰੀ ਦਾੜੀ ਬੇਦਬੀ ਤੇ ਨਹੀਂ ਮੇਰੇ ਘਰ ਵਿੱਚ ਨਸ਼ੇ ਤੇ ਨਹੀਂ ਸ਼ਰਾਬ ਤੇ ਨਹੀਂ ਮੈਨੂੰ ਇੰਨਾ ਮਾਣ ਦੇ ਰਹੇ ਵੀ ਚਾਰ ਸਾਹਿਬਜ਼ਾਦਿਆਂ ਨੂੰ ਮੈਂ ਇਹਨਾਂ ਤੋਂ ਵਾਰ ਦਿੱਤਾ ਅੱਜ ਜਦੋਂ ਕਲਗੀ ਵਾਲੇ ਫਿਰ ਮੇਰੀ ਦੂਜੀ ਹਾਲਤ ਵੇਖਣਗੇ ਤੇ ਫਿਰ ਕਿੰਨੇ ਦੁਖੀ ਆਉਣਗੇ ਕਿ ਤੁਹਾਡੇ ਤੋਂ ਮੈਂ ਉਹਨਾਂ ਨੂੰ ਵਾਰਿਆ ਤੇ ਤੁਹਾਡੀ ਸਿੱਖੀ ਕਿੱਥੇ ਗਈ ਆਖੋ ਸਾਧਨਾ ਇਹ ਮਾੜਾ ਇਸ਼ਾਰਾ ਹੀ ਦਿੱਤਾ ਸਮਝ ਲੈ ਹੁਣ ਅੱਗੇ ਆ ਜਾਓ ਸਾਬੋ ਕੀ ਤਲਵੰਡੀ ਤੋਂ ਮਾਤਾ ਜੀ ਫਿਰ ਦਿੱਲੀ ਜਦੋਂ ਮਹਾਰਾਜ ਹਜ਼ੂਰ ਸਾਹਿਬ ਗਏ ਹੈ ਫਿਰ ਮਾਤਾ ਸਾਹਿਬ ਕੌਰ ਜੀ ਉਹ ਵੀ ਹਜ਼ੂਰ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਕੌਰ ਔਰ ਉੱਥੇ ਜਿਹੜਾ ਮੈਂ ਆਪ ਜੀ ਨੂੰ ਨੇਮ ਦੱਸਿਆ ਉਸੇ ਤਰ੍ਹਾਂ ਇੱਕ ਦੇ ਕਰੀਬ ਉੱਠਣਾ ਤੇ ਕਹਿਣਾ ਸੌਖਾ ਜੇ ਛੇ ਸਾਢੇ ਛੇ ਘੰਟੇ ਦਾ ਚੌਂਕੜਾ ਮਾਤਾ ਸਾਹਿਬ ਕੌਰ ਉਸ ਤੋਂ ਬਾਅਦ ਹਜ਼ੂਰ ਸਾਹਿਬ ਕਲਗੀ ਧਰਨ ਦਰਸ਼ਨ ਕਰਨੇ ਫਿਰ ਰਸਨਾ ਨੂੰ ਆਨੰਦ ਦਾਣਾ ਦਾਸ ਹੋ ਗਿਆ ਹੈ ਮਾਤਾ ਸਾਹਿਬ ਕੌਰ ਜੀ ਦਾ ਬੜਾ ਵੱਡੀ ਲੈਵਲ ਤੇ ਜਨਮ ਦਿਹਾੜਾ ਮਨਾਇਆ ਸੀ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਸਾਨੂੰ ਵੀ ਸੱਦਾ ਦਿੱਤਾ ਸੀ ਮੈਂ ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਜੇ ਉਹ ਜਿਹੜਾ ਭੋਰਾ ਨਾ ਭੋਰਾ ਮਾਤਾ ਸਾਹਿਬ ਕੌਰ ਜੀ ਦਾ ਭੋਰਾ ਜਿੱਥੇ ਤਪ ਕਰਦੇ ਸੀ ਮੈਂ ਕਹਿੰਦਾ ਜ਼ਰੂਰ ਦਰਸ਼ਨ ਕਰਿਓ ਸਾਧ ਸੰਗਤ ਪਾਪੀ ਤੋਂ ਪਾਪੀ ਬੰਦੇ ਦੇ ਅੰਦਰ ਵੀ ਸਿਮਰਨ ਚੱਲ ਪਿਆ ਐਡੀ ਵਾਈਬ੍ਰੇਸ਼ਨ ਨੇ ਨਾਮ ਦੀ ਸਾਜ ਨੂੰ ਪਤਾ ਅੰਦਰ ਹਨੇਰਾ ਭੋਰੇ ਦੇ ਅੰਦਰ ਹਨੇਰਾ ਗੁਪਤ ਤੇ ਮੈਂ ਜਦੋਂ ਮਾੜੀ ਜੀ ਮੋਬਾਈਲ ਦੀ ਬੈਟਰੀ ਜੀ ਜਗਾਈ ਬਖਸ਼ੀਆਂ ਰੂਹਾਂ ਚੌਂਕੜੇ ਮਾਰ ਕੇ ਬੈਠੀ ਅਭਿਆਸ ਕਰ ਰਹੀ ਹੈ ਇਹ ਦਾਸ ਸਾਹਿਬ ਦਰਸ਼ਨ ਕਰਕੇ ਆਇਆ ਜਦੋਂ ਅਸੀਂ ਚੌਂਕੜਾ ਮਾਰ ਕੇ ਬੈਠੇ ਸਾਨੂੰ ਵੀ ਅਗਲੇ ਪ੍ਰੋਗਰਾਮ ਭੁੱਲ ਗਏ ਐਡੀ ਮਾਤਾ ਜੀ ਦਾ ਉੱਥੇ ਜਪ ਤਪ ਦਾ ਪ੍ਰਭਾਵ ਹੈ ਹਜ਼ੂਰ ਸਾਹਿਬ ਜਿਹੜਾ ਸਥਾਨ ਜਦੋਂ ਕਿਤੇ ਜਾਓਗੇ ਘਰ ਕੇ ਆਇਓ ਤੁਸੀਂ ਪਤਾ ਨਹੀਂ ਕਿਹੜਾ ਲੰਗਰ ਉੱਥੇ ਛੋਲਿਆਂ ਦਾ ਜਾਂ ਕਿਹੜਾ ਇਸ ਉਹ ਹੁਣ ਤੱਕ ਵੀ ਚੱਲਦਾ ਮਹਾਰਾਜ ਲੰਗਰ ਛਕਦੇ ਸੀ ਉੱਥੇ ਆ ਕੇ ਮਾਤਾ ਜੀ ਦਰਸ਼ਨ ਕਰਕੇ ਫਿਰ ਰਸਨਾ ਨੂੰ ਕੋਈ ਲਾਉਂਦਾ ਉੱਥੋਂ ਮਹਾਰਾਜ ਨੇ ਕਿਹਾ ਕੋਈ ਸਮੇਂ ਬਾਅਦ ਬਈ ਤੁਸੀਂ ਦਿੱਲੀ ਚਲੇ ਜਾਓ ਹੁਣ ਤਿਆਰੀਆਂ ਸੀ ਅਗਲੀ ਤੇ ਮਾਤਾ ਸਾਹਿਬ ਕੌਰ ਜੀ ਉਦਾਸ ਹੋ ਗਏ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਦਿੱਲੀ ਚਲੇ ਜਾਓ ਮਾਤਾ ਸਾਹਿਬ ਕੌਰ ਜੀ ਹੱਥ ਜੋੜ ਕੇ ਕਿਹਾ ਵੀ ਹੁਕਮ ਤੁਹਾਡਾ ਸਿਰਮੱਥੇ ਹੈ ਪਰ ਸਾਡੇ ਨੇਮ ਦਾ ਕੀ ਬਣੇ ਸਾਡਾ ਨੇਮ ਹੈ ਤੁਹਾਡੇ ਦਰਸ਼ਨ ਕਰਕੇ ਅਸੀਂ ਕੁਝ ਖਾਂਦੇ ਸੁਣਿਓ ਗੁਰੂ ਦਾ ਪਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸ਼ਸਤਰ ਦਿੱਤੇ ਇੱਕ ਨਿੱਜੀ ਕਿਰਪਾਨ ਮਹਾਰਾਜ ਦੇ ਅੰਗ ਸੰਗ ਰਹਿਣ ਵਾਲੀ ਇੱਕ ਕਿਰਪਾਨ ਇੱਕ ਖੰਜਰ ਇੱਕ ਜਮਧਾਰ ਸ਼ਸਤਰ ਦੇ ਨਾਂ ਨੇ ਅਲੱਗ ਅਲੱਗ ਇੱਕ ਕਿਰਪਾਨ ਇੱਕ ਖੰਜਰ ਇੱਕ ਜਮਧਾਰ ਤੇ ਲਿਖੇ ਆ ਦੋ ਖੰਡੇ ਆਪੋ ਸਤਿਨਾਮ ਇਹ ਪੰਜ ਸ਼ਸਤਰ ਕਈ ਰਾਈਟਰਾਂ ਨੇ ਲਿਖਿਆ ਇਹ ਸ਼ਸਤਰ ਉਹ ਸਨ ਕਈਆਂ ਨੇ ਲਿਖਿਆ ਕਈਆਂ ਨੇ ਨਹੀਂ
ਕਹਿੰਦੇ ਸ਼ਸਤਰ ਉਹ ਸਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਦੀ ਝੋਲੀ ਚ ਪਾਏ। ਉਹ ਤੁਰਿਆ ਰਹੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪੰਜ ਸ਼ਸਤਰ ਦਿੱਤੇ। ਹੁਣ ਵੇਖਿਓ ਆ, ਕਈ ਕਹਿੰਦੇ ਧਿਆਨ ਨਹੀਂ ਕਰਨਾ ਚਾਹੀਦਾ। ਮਾਤਾ ਜੀ ਨੇ ਕਿਹਾ ਸੀ ਤੁਹਾਡੇ ਦਰਸ਼ਨ ਕਰਕੇ ਕੁਝ ਛਕਦੇ ਆ, ਸਾਡੇ ਨੇਮ ਦਾ ਕੀ ਬਣੇਗਾ। ਤੇ ਇਹ ਪੰਜ ਸ਼ਸਤਰ ਨੇ ਜੀ ਕਿਰਪਾ, ਖੰਜਰ, ਜੰਮ, ਧਰ, ਦੋ ਖੰਡੇ, ਛੇਵੀਂ ਚੀਜ਼ ਹੋ ਰਹੀ ਮੈਂ ਬਾਅਦ ਬੋਲਦਾ, ਉਹ ਹੈ ਹੁਕਮਨਾਮੇ ਜਾਰੀ ਕਰਨ ਵਾਲੀ ਮੋਹਰ। ਆਖੋ ਸਤਨਾਮ। ਮਾਤਾ ਜੀ ਨੂੰ ਇੰਨਾ ਮਾਣ ਬਈ, ਹੁਣ ਅਗਲਾ ਸਮਾਂ ਇਹੋ ਜਿਹਾ ਵੀ ਤੁਹਾਨੂੰ ਹੁਕਮਨਾਮੇ ਜਾਰੀ ਕਰਨੇ ਪੈਣੇ ਹੈ ਸਿੱਖ ਕੌਮ ਦੇ ਨਾਂ। ਉਹ ਮੋਹਰ ਵੀ ਦਿੱਤੀ, ਇਹ ਪੰਜ ਸ਼ਸਤਰ ਦਿੱਤੇ। ਤੇ ਪਤਾ ਕੀ ਕਿਹਾ, ਸਾਡੇ ਦਰਸ਼ਨ ਦਾ ਰੂਟੀਨ ਹੈ ਜੀ ਮਹਾਰਾਜ ਕਹਿੰਦੇ, ਮਖਮਲੀ ਵਿਛਾਈ ਕਰਕੇ ਇਹਨਾਂ ਪੰਜਾਂ ਸ਼ਸਤਰਾਂ ਦਾ ਆਸਣ ਲਾ ਦੇਣਾ, ਅੱਗੇ ਪੜਦਾ ਕਰ ਦੇਣਾ। ਜਿੰਨੇ ਵਜੇ ਉੱਠਦੇ ਹੋ, ਇੱਕ ਵਜੇ, ਪੌਣੇ ਇੱਕ ਵਜੇ, ਸਾਢੇ ਬਾਰਾਂ, ਇੱਕ, ਸਵਾ ਇੱਕ, ਜਿੰਨਾ ਚੌਂਕੜਾ ਮਾਰਦੇ ਹੋ, ਉਹ ਅਭਿਆਸ ਸਿਮਰਨ ਬਾਣੀ ਨਾਮ ਜਪ ਕੇ ਜਦੋਂ ਅਰਦਾਸ ਕਰਕੇ ਇਹ ਪੜਦਾ ਪਰੇ ਕਰਿਆ ਕਰੋਗੇ ਤੇ ਸ਼ਸਤਰਾਂ ਵਾਲੀ ਜਗ੍ਹਾ ਦੇ ਉੱਤੇ ਦਰਸ਼ਨ ਦਿਆ ਕਰਾਂਗੇ। ਆਖੋ ਸਤਨਾਮ। ਮਾੜਾ ਇਹਨਾਂ ਪਿਆਰ ਕੀਤਾ ਸ਼ਸਤਰ। ਇੱਕ ਦੋ ਮਿੰਟ ਗਾਓ ਦੇਣਾ, ਇੱਕ ਦਾ ਹੁਕਮਨਾਮਾ ਸਰਬਾਬ ਜੀ ਨੂੰ ਸੁਣਾਉਣਾ ਚਾਹੁੰਦੇ ਹਾਂ ਵੀ ਮਾਤਾ ਜੀ ਜਿਹੜੇ ਹੁਕਮਨਾਮੇ ਜਾਰੀ ਕੀਤੇ, ਇੱਕ ਵਾਰੀ ਜਿਹੜਾ ਪੜ੍ਹ ਲਓ। ਮਹਾਰਾਜ ਨੇ ਇੰਨਾ ਮਾਣ ਦਿੱਤਾ ਸ਼ਸਤਰਾਂ ਨੂੰ, ਯਗੇ ਹਮਾਰੇ ਤੀਰ ਇਹ ਹਮਾਰੇ ਤੀਰ ਅਸਕਰ ਪਾਨ ਖੰਡੋ ਖੜਕ ਕਮਰ ਹਲ ਤੀਰ ਕਿਰਪਾਨ ਖੰਡੋ ਖੜਕ ਅਰ ਪੀਰ ਸਾਹਿਬ ਸਰੋਹੀ ਸ਼ਹਿਦ ਇਹ ਹਮਾਰੇ। ਹੁਣ ਪੀਰ ਕਿਹਨੂੰ ਕਹਿੰਦੇ ਤੁਹਾਨੂੰ ਪਤਾ, ਮੁਸਲਮਾਨ ਧਰਮ ਚ ਪੀਰ ਆ ਜੇ ਸਾਡੇ ਖੜੇ ਹੋ ਜਾਣ। ਪੀਰ ਨੂੰ ਸਤਿਕਾਰ ਤੇ ਮਾਰ ਰਹੇ ਨੇ, ਸ਼ਸਤਰਾਂ ਨੂੰ ਇੰਨਾ ਸਤਿਕਾਰ ਦਿੱਤਾ, ਇਹ ਸਾਡੇ ਪੀਰ ਨੇ। ਆਖੋ ਸਾਡਾ ਮਾਰ ਕੇ ਸ਼ਸਤਰਾਂ ਦਾ ਆਸਣ ਲਾਉਣਾ ਦਰਸ਼ਨ ਨੇ। ਹੁਣ ਸਮਾਪਤੀ ਕਰਨ ਲੱਗੇ ਹਾਂ ਜੀ। ਉਹ ਸਮਾਂ ਆਇਆ ਕਲਗੀ ਧਰਮਾਰ ਜੋਤੀ ਜੋਤ ਸਮਾ। ਆਖੋ ਸਾਡਾ ਤੇ ਮਾਤਾ ਸਾਹਿਬ ਕੌਰ ਜੀ ਸਮਾਧੀ ਚ ਕਿੰਨਾ ਸਮਾਂ ਹੀ ਬੈਠੇ ਰਹੇ, ਵੈਰਾਗ ਵੈਰਾਗ ਦਿੱਲੀ ਚ। ਕਹਿੰਦੇ ਇੱਕ ਪੋਥੀ ਉਹ ਮਹਾਰਾਜ ਨੇ ਜਿਹੜੀ ਕਿਸੇ ਵੇਲੇ ਦਿੱਤੀ ਸੀ, ਉਹਦੇ ਵਿੱਚੋਂ ਪਾਠ ਕਰਨ ਲੱਗ ਪਏ ਤੇ ਬਾਣੀ ਦੁਆਰਾ ਗੱਲਾਂ ਕਰਨ ਲੱਗ ਪਏ। ਆਖੋ ਸਤਨਾਮ। ਇਹ ਮਹਾਰਾਜ ਨੇ ਜਦੋਂ ਚੋਲਾ ਬਦਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਆਓ ਜਰਾ ਇੱਕ ਹੁਕਮਨਾਮਾ ਸਿਰਫ ਮਾਤਾ ਜੀ ਦਾ ਕਿਵੇਂ ਉਹ ਜਾਰੀ ਕਰਦੇ ਸੀ ਫਿਰ ਪੰਥ ਦੇ ਨਾਂ, ਉਹ ਬੋਲ ਕੇ ਫਿਰ ਸਮਾਪਤੀ ਹੈ ਜੀ। ਸਤਿਕਾਰ ਮਾਣ ਖਾਲਸੇ ਨਾਲ ਕਿੰਨਾ ਪਿਆਰ ਸੀ। ਇਹ ਹੁਕਮਨਾਮਾ ਲਿਖਿਆ ਆਲਮ ਸਿੰਘ ਜੀ ਆ
خالصہ گرو رکھے ماتا جی کی بولی وہ خالصہ گرو رکھے گرو گرو جپنا جنم سوارنا حکمنا ملک خالصہ گرو رکھے گرو گرو جپنا جنم سوارنا میری بہت خوشی ہے ماتا صاحب بولی دے تسی میرے پت فرجند ہو گر پورا ساڈی دیکھ دیکھ فتح کرے آپ حکمنامہ جاری کیتا کسے پاس گرو پورا ساڈی دیکھ دیکھ فتح کرے تسا لنگر واسطے فرمائش ہے اشارہ سمجھ لینا کسے علاقے چ کر رہے لنگر بارے کر تسا لنگر بارے فرمائش ہے دیکھ دے ہی سنگا پاسوں کار کروائے کے ہنڈی کروائے کے اور بخش بھگت میوڑے کے حوالے کرنی جو سنگھ لنگر کی کار لوچ کر دین گے یہ لنگر وچ اپنی حاضری شردا نہ لان گے جو سنگھ سنگت لنگر کی کار لوچ کر کرن گے تس سکھ کی روزگار گرو پورا برکت پاؤسی آخو سادنا اے ماتا جی سبنی گلی خسمانہ ہو سی جو لنگر کی کار لوچ کر کے چاؤ نال کرن گے تس سکھ کی روزگار گرو پورا برکت کرسی سبنی گلی خسمانہ ہو سی یہ میں تاں سنانا تھانوں کہ جے کتے صحیح لنگر بھی لگا تھی حاضری لا رہے ہو گرو گھر وچ کیسیاں مریادا نے کہ گرو تیری خسم بن کے راکھی کرے اتنا اپنا جیون بنائے گا اتنا روچی بنائے گا پون دان کی یہ سڑکاں مل رہی ہیں انہوں چیزوں کو سارے گرو گھر کے کی مارگ نے ماتا جی کی عمر 66